ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਸ੍ਰੀ ਦਰਬਾਰ ਸਾਹਿਬ ਬੁੱਤਾਂ ਦਾ ਮਸਲਾ ਚੱਲਦਾ ਨਾ ਜੀ, ਉਹ ਨੌਜਵਾਨੀ ਨੇ ਇੱਕ ਸੰਕੇਤਕ ਦੱਸਿਆ ਹੈ ਕਿ ਨੌਜਵਾਨੀ ਜਿੰਦਾ ਆ ਜੀ, ਅਤੇ ਨੌਜਵਾਨੀ ਆਪਣਾ ਵਿਰਸਾ ਜਿਹੜਾ ਉਹ ਸੰਭਾਲ ਸਕਦੀ, ਆਪਣੇ ਗੁਰੂ ਘਰਾਂ ਦੀ ਰਾਖੀ ਵਾਸਤੇ ਕਰ ਸਕਦੇ ਨੇ, ਕਦਮ ਚੱਕ ਸਕਦੇ ਆ ਜੀ। ਪਰ ਜਿਹੜੀ ਹੁਣ ਪਿੱਛੇ ਬਚਦੀ ਨੌਜਵਾਨੀ ਹੈ ਜੀ, ਉਹਨੂੰ ਚੈਲੰਜ ਆ ਇਹ ਜੀ ਕਿ ਜੇ ਅਸੀਂ ਅੱਜ ਉਹਨਾਂ 9 ਜਾਂ 10 ਵੀਰਾਂ ਦੇ ਅੰਦਰ ਜਾਣ 'ਤੇ ਨਜਾਇਜ਼ 307 ਲੈਣ ਲੱਗਣ 'ਤੇ ਚੁੱਪ ਕਰਕੇ ਘਰ ਬੈਠੇ ਰਹਿੰਦੇ ਹਾਂ ਜੀ, ਅਤੇ ਸਾਨੂੰ ਫਿਰ ਗੁਰੂ ਦੇ ਸਿੱਖ ਕਹਾਉਣ ਦਾ ਕੋਈ ਹੱਕ ਨਹੀਂ ਹੈਗਾ ਜੀ। ਆਓ ਵਹੀਰਾਂ ਕਰਕੇ ਸਿੱਧਾ ਹਮਲਾ ਸ੍ਰੀ ਦਰਬਾਰ ਸਾਹਿਬ ਦੇ ਸਿੱਧਾ ਅਸਿੱਧੇ ਰੂਪ ਵਿੱਚ ਇਹ ਹਮਲਾ ਆ ਜੀ, ਕਿਉਂਕਿ ਲੱਚਰਤਾ ਦੇ ਬੁੱਤ ਲਾ ਕੇ ਅਤੇ ਸਾਨੂੰ ਚੜਾਇਆ ਜਾ ਰਿਹਾ ਜੀ, ਅਤੇ ਵਾਰ ਵਾਰ ਮੰਗ ਪੱਤਰ ਦੇਣ 'ਤੇ ਵੀ ਉਹਦਾ ਕੋਈ ਅਸਰ ਨਹੀਂ ਹੁੰਦਾ। ਨੌਜਵਾਨੀ ਆਵੇ, ਆਣ ਕੇ ਸੰਭਾਲ ਕਰੇ, 22 ਤਰੀਕ ਦੇ ਇਕੱਠ ਵਿੱਚ ਨੌਜਵਾਨੀ ਦੀ ਸ਼ਮੂਲੀਅਤ ਦੀ ਬਹੁਤ ਜ਼ਰੂਰਤ ਹੈ। ਤੁਹਾਨੂੰ ਥੋੜ੍ਹਾ ਜਿਹਾ ਹਟ ਕੇ ਸਵਾਲ ਕਰਦਾ, ਜਿਸ ਤਰ੍ਹਾਂ ਵੇਖੋ ਨੌਜਵਾਨੀ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜੇ ਟਕਸਾਲੀ ਅਕਾਲੀ ਸੀ, ਪੁਰਾਣੇ ਮੋਰਚੇ ਦੇ ਸੰਘਰਸ਼ ਕਰਦੇ ਸੀ, ਆਪਣੇ ਧਰਮ ਦੀ ਰਾਖੀ ਕਰਦੇ, ਇਹ ਕਿਉਂ ਚੁੱਪ ਬੈਠੇ ਆ? ਦੇਖੋ ਜੀ, ਉਹ ਤਾਂ ਹੁਣ ਉਹਨਾਂ ਨੂੰ ਆਪਣੇ ਆਪ ਚਾਹੀਦਾ ਵਾ ਕਿ ਅਕਾਲੀ ਦਾ ਮਤਲਬ ਹੁੰਦਾ ਅਕਾਲ, ਅਕਾਲ ਦਾ ਤਖ਼ਤ ਆ ਉੱਧਰਲੇ ਜੀ, ਅਕਾਲ ਦਾ ਤਖ਼ਤ ਆ, ਅਤੇ ਅਕਾਲ ਦੇ ਤਖ਼ਤ ਦੇ ਰਸਤੇ ਦੇ ਵਿੱਚ ਜੇ ਕੋਈ ਬਿਦਬੀ ਹੁੰਦੀ ਆ ਅਤੇ ਉਹ ਅਕਾਲੀ ਦਾ ਆਪਣੇ ਆਪ ਫਰਜ਼ ਬਣਦਾ ਹੈ ਜੀ। ਜੀ, ਕੋਈ ਵੀ ਸੰਘਰਸ਼ ਹੈ ਉਹਦੇ ਵਾਸਤੇ ਲੋਕ ਲਹਿਰ ਜ਼ਰੂਰੀ, ਮੈਂ ਸਮਝਦਾ ਜੀ ਜੀ, ਅਤੇ ਕੀ ਇਹ ਇਸ ਚੀਜ਼ ਨੂੰ ਅਗਰ ਲੋਕ ਲਹਿਰ ਬਣਾਇਆ ਜਾਵੇ ਜਾਂ ਕਿਸ ਤਰ੍ਹਾਂ ਆ? ਲੋਕ ਲਹਿਰ ਤਾਂ ਲਗਭਗ ਇਹ ਬਣ ਚੁੱਕੀ ਆ, ਅੱਜ ਸੋਸ਼ਲ ਮੀਡੀਆ ਦਾ ਯੁੱਗ ਆ, ਮੀਡੀਆ ਦਾ ਯੁੱਗ ਆ, ਲੋਕ ਲਹਿਰ ਬਣੀ ਹੋਈ ਆ, ਹੁਣ ਲੋਕ ਲਹਿਰ ਦੇ ਵਿੱਚ ਲੋਕਾਂ ਨੂੰ ਸ਼ਾਮਿਲ ਹੋਣ ਦੀ ਲੋੜ ਆ, ਲੋਕਾਂ ਸ਼ਾਮਿਲ, ਕੋਈ ਆਉਣ ਵਾਲੇ ਸਮੇਂ ਵਧੀਆ ਪ੍ਰੋਗਰਾਮ ਦਿੱਤਾ ਜਾਊਗਾ। ਬਿਲਕੁਲ, 22 ਤਰੀਕ ਦਾ ਹੁਣ ਜਿਹੜਾ ਨੁਮਾਇੰਦਾ ਇੱਥੇ ਅੱਜ ਇਕੱਠ ਹੋਇਆ, ਅਤੇ 22 ਤਰੀਕ ਦਾ ਫਿਰ ਇੱਕ ਵਾਰੀ ਇਕੱਠ ਰੱਖਿਆ ਗਿਆ, ਉਹਦੇ ਵਿੱਚ ਇਹੀ ਕਿ ਸਿਆਲੂ ਦੇਣਾ ਪਿਛਲੇ ਦਿਨੀ ਵੀ ਪਤਾ ਨਹੀਂ ਲੱਗ ਸਕਿਆ ਜਦੋਂ ਇਕੱਠ ਹੋਏ ਸੀ, ਅੱਜ ਵੀ ਹੋ ਸਕਦਾ ਬਹੁਤਿਆਂ ਵੀਰਾਂ ਤੱਕ ਸੁਨੇਹਾ ਨਾ ਪਹੁੰਚਿਆ ਹੋਵੇ, ਅਤੇ ਇਹ ਇਕੱਠ ਕਰਨ ਵਾਸਤੇ ਹੀ 22 ਦਾ ਰੱਖਿਆ ਗਿਆ ਕਿ ਸਾਰੇ ਇਕੱਠੇ ਹੋ ਕੇ ਇਸ ਕੰਮ ਵਿੱਚ ਆਉਣਗੇ ਜੀ। ਠੀਕ, ਬਹੁਤ ਬਹੁਤ ਖਾਲਸਾ, ਧੰਨਵਾਦ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ।